आ गया है पुत्र। हाँ बेबे। ले पुत पानी। अज बनिया कुछ फिर नौकरी दा? किथे बेबे, हुण तां इह प्राइवेट कंपनियां वाले भी नखरे च करदे ने, आखे एक्सपीरियंस वाले बंदे दी लोड़ आ। भला कोई पुछण वाला होवे, जे तुसी कम नहीं दोंगे तां एक्सपीरियंस कित्थों आजू। दरअसल इन्हां दा भी कोई कसूर नहीं, कसूर तां सारा सिस्टम दा है। पहला डिग्रियां उत्ते लखा रुपया खर्च करो ते फिर काम लैण वास्ते सिफारशां। छड्ड पुत, तू चिंता ना करया कर, रब भला करेगा। तू बैठ, मैं तेरे वास्ते रोटी लेके आनी हां। बेबे बड़ी भुख लगी है मैनू। ले पुत रोटी। ओ आ गए साहब जी घरे। ओ सारा दिन वारा गर्दी करी जानी है ते रोटी दे टाइम घर आ वड़दा? ओ शर्म कर ला कुछ वेलड़ा। ओ लोक मैनू टिचरां करदे आ, कहिंदे हरनेक सिंह दा पुत सरकारी अफसर लग गया, जिहड़ा 10 बजे जांदा ते 3 बजे घर। ना तुसी फिर शुरू हो गए ना मुंडे नू रोटी दा खा लैण तो चज्ज नाल। नहीं बेबे मैनू भुख नहीं। आ देख ला देख ला इहदे वल, इक तां सारा दिन कुछ करना नहीं, उत्तों जे कुछ कह दईए तां जनाब नू गुस्सा लगदा। फिर बेबे मैं गुरुद्वारे चला है, नाले उधरों मैं इंटरव्यू ते जाना। पुत रोटी ते खा जा। नहीं बेबे मैनू भुख नहीं। हे वाहेगुरु, तुहानू तां पता मैं अज तक तुहाडे कोलों कुछ नहीं मंगिया, पर हुण मैनू नौकरी दी बहुत लोड़ है। हे वाहेगुरु, मैनू नौकरी मिल जावे। ਯੂਨੀਵਰਸਿਟੀ ਤੋਂ ਸਟੱਡੀ ਕੀਤੀ ਹੈ ਤੁਸੀਂ? ਜੀ। ਮਾਸਟਰਸ ਦੀ ਡਿਗਰੀ ਤੁਹਾਡੇ ਕੋਲ ਆ, ਅਤੇ ਤੁਹਾਨੂੰ ਕੀ ਲੋੜ ਪੈ ਗਈ ਸਾਡੀ ਟੈਕਸੀ ਚਲਾਉਣ ਦੀ? ਚਲੋ ਖੈਰ ਕੋਈ ਗੱਲ ਨਹੀਂ, ਕੱਲ੍ਹ ਤੋਂ ਤੁਸੀਂ ਸਾਡੀ ਟੈਕਸੀ ਸਰਵਿਸ ਜੁਆਇਨ ਕਰ ਸਕਦੇ ਹੋ। ਥੈਂਕ ਯੂ ਸਰ। ਓਏ ਕੁਲਵੀਰ, ਤੂੰ
ਉਹ ਤੇਜੀ ਤੂੰ ਉਹ ਕੀ ਹਾਲ ਹੈ ਯਾਰ ਬਾਈ ਵਧੀਆ ਤੂੰ ਸੁਣਾ ਕਿੱਦਾਂ ਵਧੀਆ ਹੋਰ ਯਾਰ ਕਿੱਥੇ ਰਹਿਣਾ ਅੱਜ ਕੱਲ ਮੈਂ ਤਾਂ ਇੱਥੇ ਹੀ ਹੁੰਦਾ ਤੂੰ ਦੱਸ ਕਿੱਥੇ ਹੁੰਦਾ ਆਪਾਂ ਬਸ ਟੈਕਸੀ ਚਲਾਉਂਦੇ ਹਾਂ ਹੁਣ ਉਹ ਯਾਰ ਕੀ ਬਾਤ ਆ ਤੂੰ ਤਾਂ ਵਧੀਆ ਪੜ੍ਹਿਆ ਲਿਖਿਆ ਸੀਗਾ ਤੂੰ ਟੈਕਸੀ ਵਾਲੇ ਕਿਹੜੇ ਕੰਮਾਂ 'ਚ ਪੈ ਗਿਆ ਯਾਰ ਹੋਰ ਕੀ ਕਰਦਾ ਅੱਜ ਕੱਲ ਬਸ ਕੁਛ ਨੀ ਯਾਰ ਰੱਬ ਦੀ ਕਿਰਪਾ ਆ ਬਿਜ਼ਨਸ ਸੈੱਟ ਆ ਆਪਣਾ ਚੱਲ ਵਧੀਆ ਚੱਲ ਆਪਾਂ ਚੱਲਦੇ ਚੱਲਦੇ ਗੱਲਾਂ ਬਾਤਾਂ ਕਰਦੇ ਹਾਂ ਹਾਂ ਬਾਈ ਚੱਲ ਆ ਬਾਈ ਤੇਜੀ ਆਪਣੀ ਕੋਠੀ ਆ ਆਜਾ ਅੰਦਰ ਘੁੱਟ ਘੁੱਟ ਚਾਹ ਪੀਨੇ ਆ ਨਾਲ ਗੱਲਾਂ ਕਰਦੇ ਹੋ ਨਹੀਂ ਯਾਰ ਮੈਂ ਓਨ ਡਿਊਟੀ ਆ ਫਿਰ ਕਦੀ ਮਿਲਦੇ ਆ ਉਹ ਕੁਛ ਨਹੀਂ ਕਹਿੰਦੇ ਤੇਰੇ ਕੰਪਨੀ ਵਾਲੇ ਨਾਲੇ ਇੰਨੇ ਟਾਈਮ ਬਾਅਦ ਮਿਲੇ ਆ ਯਾਰ ਆਜਾ ਕੋਈ ਨਹੀਂ ਚੱਲ ਠੀਕ ਆ ਫਿਰ ਮੈਂ ਆਇਆ ਆਜਾ ਆ ਬਾਈ ਤੇਜੀ ਬੈਠ ਘਰ ਤਾਂ ਸੋਹਣਾ ਬਣਾ ਲਿਆ ਯਾਰ ਚੱਲ ਚੰਗਾ ਬਾਈ ਮੈਂ ਚੱਲਦਾ ਹੈ ਵੈਸੇ ਵੀ ਬੜਾ ਟਾਈਮ ਹੋ ਗਿਆ ਚੱਲ ਠੀਕ ਆ ਬਾਈ ਤੇਜੀ ਬਾਕੀ ਲੰਘਦਾ ਵੜਦਾ ਆ ਜਾ ਕਰ ਆਪਾਂ ਤਾਂ ਇੱਥੇ ਹੀ ਹੋਈਦਾ ਹਾਂ ਯਾਰ ਸੱਚ ਮੈਨੂੰ ਨੰਬਰ ਦੇ ਦੇ ਆਪਣਾ ਹਾਂ ਨੰਬਰ ਲਿਖ ਮੇਰਾ 7837864005 ਠੀਕ ਆ ਚੰਗਾ ਬਾਈ ਫਿਰ ਬਾਕੀ ਜੇ ਕਿਸੇ ਵੀ ਚੀਜ਼ ਦੀ ਲੋੜ ਹੋਈ ਜਦੋਂ ਮਰਜ਼ੀ ਭਰਾ ਨੂੰ ਯਾਦ ਠੀਕ ਆ ਚੰਗਾ ਬਾਈ ਚੰਗਾ ਬਾਈ ਕੋਈ ਚੱਕਰ ਨਹੀਂ ਉਹ ਚੰਗਾ ਯਾਰ ਥੈਂਕ ਯੂ ਬਾਹਰ ਨਿਕਲੇ ਵੱਡਿਆ ਸਰਦਾਰਾ ਛੇ ਮਹੀਨੇ ਹੋ ਗਏ ਮੂੰਹ ਤਾਂ ਛੱਡ ਵਿਆਹ ਦੇਣ ਦਾ ਵੀ ਨਾਂ ਨਹੀਂ ਲੈਂਦਾ ਨਹੀਂ ਨਹੀਂ ਜੀ ਬਸ ਐਤਕੀ ਮੈਂ ਕੀ ਐਤਕੀ ਐਤਕੀ ਪੈਸੇ ਤਾਂ ਮੈਂ ਕਢਵਾ ਕੇ ਹੀ ਛੱਡੂ ਇਹੋ ਕਢਾਉਣੇ ਮੈਨੂੰ ਆਉਂਦੇ ਆ ਨਾ ਪੁੱਤ ਨਾ ਸਾਡੇ ਘਰ ਦੇ ਹਾਲਾਤ ਤੇ ਥੋੜਾ ਤਰਸ ਖਾ ਸੂਰਜ ਬਾਅਦ ਚ ਚੜਦਾ ਤੇਰੇ ਪੈਸਿਆਂ ਦੀ ਫਿਕਰ ਸਾਨੂੰ ਪਹਿਲਾਂ ਪੈ ਜਾਂਦੀ ਸਾਰੇ ਪੈਸੇ ਤਾਂ ਅਸੀਂ ਮੁੰਡੇ ਦੀ ਡਿਗਰੀ ਤੇ ਲਾ ਛੱਡੇ ਨੇ ਪਰ ਹੁਣ ਤਾਂ ਉਹਨੂੰ ਕੰਮ ਵੀ ਮਿਲ ਗਿਆ ਤੇਰੇ ਕਰਜ਼ੇ ਦੀ ਪਾਈ ਪਾਈ ਲਾ ਦਿਆਂਗੇ ਅਸੀਂ ਬਾੜੀ ਗੱਲਾਂ ਨਾ ਕਰ ਬੁੜੀਏ ਤੇਰੇ ਵਰਗੇ ਬੁੜੀਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਪਹਿਲਾਂ ਤਾਂ ਆਪ ਹੀ ਆਪਣੇ ਖਸਮ ਨੂੰ ਪੈਸੇ ਲਈ ਤੰਗ ਕਰਦੀਆਂ ਨੇ ਜਦ ਪੈਸੇ ਮੰਗਣ ਆ ਜਾਈਏ ਕਹਾਣੀਆਂ ਸੁਣਾਉਂਦੀਆਂ ਨੇ ਨਾਲੇ ਖੋਰ ਗੱਲ ਸੁਣ ਲੈ ਐਤਕੀ ਤੇ ਮੈਂ ਚੱਲਿਆ ਪਰ ਅਗਲੀ ਵਾਰੀ ਪੈਸੇ ਲੈ ਕੇ ਜਾਊਂ ਅੱਜ ਉਹ ਫੇਰ ਆਈ ਸੀ ਆਖਰੀ ਮੌਲਤ ਦੇ ਗਏ ਨੇ ਕੋਈ ਨਾ ਮੈਂ ਕਰਦਾ ਕੁਛ ਟੈਕਸੀ ਦਾ ਕੰਮ ਤਾਂ ਮੈਨੂੰ ਇੰਨੇ ਪੈਸੇ ਨਹੀਂ ਦੇ ਸਕਦਾ ਅਤੇ ਜ਼ਮੀਨ ਪਹਿਲਾਂ ਹੀ ਕਹਿਣੀ ਪਈ ਆ ਇੱਕ ਰਸਤਾ ਹੈ ਕੁਲਬੀਰ ਨੂੰ ਫੋਨ ਕਰ ਲੈਣਾ ਪਰ ਨਹੀਂ ਯਾਰ ਪਰ ਹੋਰ ਕੋਈ ਰਸਤਾ ਵੀ ਤਾਂ ਨਹੀਂ
ਹੈਲੋ ਕੁਲਬੀਰ, ਉਹ ਕਿਵੇਂ ਆ ਬਾਈ? ਹਾਂ ਬਾਈ ਵਧੀਆ, ਬਸ ਤੂੰ ਸੁਣਾ। ਭਾਈ ਯਾਰ ਤੇਰੇ ਨਾਲ ਗੱਲ ਕਰਨੀ ਸੀ ਇੱਕ। ਹਾਂ ਹਾਂ ਦੱਸ। ਯਾਰ ਕੱਲ ਇੱਦਾਂ ਵੀ ਮੈਨੂੰ ਯਾਰ ਮੈਨੂੰ ਥੋੜ੍ਹੇ ਜਿਹੇ ਪੈਸਿਆਂ ਦੀ ਲੋੜ ਸੀ। ਅੱਛਾ ਭਾਈ, ਜ਼ਰੂਰੀ ਆ ਯਾਰ। ਉਹ ਫਿਰ ਕਿੱਡੀ ਕੀ ਗੱਲ ਆ? ਉਹ ਕੋਈ ਨਹੀਂ ਕੋਈ ਨਹੀਂ ਯਾਰ, ਆ ਜਾ। ਚੱਲ ਚੱਲ ਮੈਂ ਤੇਰੇ ਨਾਲ ਆ ਕੇ ਗੱਲ ਕਰਦਾ। ਓਕੇ ਠੀਕ, ਤੇਰੀ ਬਹੁਤ ਬਹੁਤ ਮਿਹਰਬਾਨੀ ਯਾਰ। ਉਹ ਕੋਈ ਨਹੀਂ ਯਾਰ, ਆ ਜਾ ਆ ਜਾ। ਥੈਂਕ ਯੂ ਯਾਰ, ਥੈਂਕ ਯੂ। ਓਕੇ ਵੀਰ, ਥੈਂਕ ਯੂ। ਆ ਤੇਜੀ ਬੈਠ, ਲੈ ਆਪਣੇ ਪੈਸੇ। ਬਹੁਤ ਬਹੁਤ ਮਿਹਰਬਾਨੀ ਯਾਰ। ਯਾਰ ਮਿਹਰਬਾਨੀ ਵਾਲੀ ਕਿਹੜੀ ਗੱਲ ਆ, ਭਰਾ ਆ ਤੂੰ ਆਪਣਾ। ਤੇਜੀ ਯਾਰ ਇੱਕ ਗੱਲ ਕਹਾਂ? ਹਾਂ ਬੋਲ। ਯਾਰ ਤੂੰ ਐਵੇਂ ਟੈਕਸੀ ਦੇ ਚੱਕਰਾਂ 'ਚ ਪਿਆ, ਸਾਡੇ ਨਾਲ ਆ ਕੰਮ ਕਰ ਆਪਣਾ। ਯਾਰ ਰੱਬ ਦੀ ਕਿਰਪਾ ਨਾਲ ਵਧੀਆ ਬਿਜ਼ਨਸ ਸੈੱਟ ਆ। ਚੱਲ ਦੇਖ ਲਾ ਜਿਵੇਂ ਤੈਨੂੰ ਠੀਕ ਲੱਗੇ। ਹਾਂ ਹਾਂ ਪਾਲੀ। ਤੇਜੀ ਆਪਣਾ ਮਿੱਤਰ ਆ, ਅੱਜ ਤੋਂ ਬਾਅਦ ਤੁਸੀਂ ਦੋਹਾਂ ਨੇ ਇਕੱਠਿਆਂ ਕੰਮ ਕਰਨਾ। ਪਾਲੀ ਤੇਜੀ ਨੂੰ ਕੰਮ ਸਮਝਾ ਦੇ। ਚੰਗਾ ਬਾਈ ਚੱਲਦਾ। ਤੇਰੀ ਛੋਟੀ ਜਿਹੀ ਗਲਤੀ ਸਾਡੀ ਮੌਤ ਦੀ ਵਜ੍ਹਾ ਬਣ ਸਕਦੀ ਹੈ ਤੇਜੀ। ਮੈਨੂੰ ਪਤਾ ਕਿ ਤੈਨੂੰ ਕੁਲਬੀਰ ਦੇ ਕਾਲੇ ਕਾਰਨਾਮਿਆਂ ਦਾ ਪਤਾ ਲੱਗ ਗਿਆ। ਉਹਨਾਂ ਨੇ ਮੈਨੂੰ ਵੀ ਇਸ ਕੰਮ ਦੇ ਵਿੱਚ ਧੋਖੇ ਨਾਲ ਫਸਾ ਲਿਆ ਸੀ, ਅਤੇ ਜਦੋਂ ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਤਾਂ ਉਹ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ। ਪਰ ਤੂੰ ਚਿੰਤਾ ਨਾ ਕਰ, ਮੈਂ ਇਹਨਾਂ ਦੇ ਬਾਰੇ ਸਾਰੇ ਸਬੂਤ ਇਕੱਠੇ ਕਰ ਲਏ ਆ। ਇਹ ਬਹੁਤ ਜਲਦੀ ਜੇਲ੍ਹ ਦੇ ਵਿੱਚ ਹੋਣਗੇ। ਦੇਖੀ ਤੂੰ ਕਿਤੇ ਕੋਈ ਨਵਾਂ ਪੰਗਾ ਨਾ ਖੜਾ ਕਰਦੀ। ਜਨਾਬ ਹੋਇਆ ਕੀ ਹੈ? ਜਨਾਬ ਮੈਨੂੰ ਕਿੱਥੇ ਲੈ ਕੇ ਚੱਲੇ? ਹੋਇਆ ਕੀ ਹੈ ਜਨਾਬ, ਮੈਨੂੰ ਦੱਸੋ ਤਾਂ ਸਹੀ, ਮੇਰਾ ਕਸੂਰ ਕੀ ਆ? ਹੈਲੋ, ਹਾਂ ਬਾਈ ਆਪਣਾ ਕੰਮ ਹੋ ਗਿਆ, ਤੇਜੀ ਨੂੰ ਪੁਲਿਸ ਲੈ ਗਈ। ਹਾਂ ਠੀਕ ਹੈ, ਹਾਂ ਹਾਂ ਓਕੇ ਓਕੇ।
मैं जानता सी तू मेरे कोल जरूर आएगा। आ बैठ। देख तेजी, जे तू चाहे तो मैं तेन इस केस चो कढ़वा सकता। बस कुलबीर, मैनू हुण तेरे होर एहसाना की लोड़ नहीं। पहला पुराने एहसाना का मुल तो तार लैण दे। मुल तारन की गल करता, दस की नहीं किया तेरे लिए? वो किहड़े एहसाना का मुल तारेगा? तू दो कोड़ी की नौकरी करता सी, तू झोंपड़िया तो महिला तक लैके गया तेनू, दस तार सकदा इन्हां एहसानां दा मुल? तेरे एहसान बहुत वड्डे ने कुलबीर, पर मेरे जमीर नालों नहीं। मैं तेरे हर एहसान दा मुल तारांगा। कर्जा, नौकरी, स्मगलर, ते तेरा सब तो वड्डा एहसान गैंगस्टर। की तो की बना के रख दिता मैनू। डिग्रियां लैण वाले इन्हां हत्थां ने कदे नहीं सी सोचा कि यह किसे ते गोलियां चलाउणगे। हुण तक पता नहीं इन्हां हत्थां ने किन्ने नशे सप्लाई करके घरां दे चिराग बुझा दिते। की तो की बना के रख दिता तू मैनू। गैंगस्टर बन गया मैं, गैंगस्टर, गैंगस्टर। हेलो हेलो बेबे, बेबे मैं कुलबीर नू मारता। मैं अपने पुराने घर आके सो गया। चल चंगा, तू फिकर ना करी, बस चंगा बेबे। बने पुत्र चंद्रे लाले, चंद्रे लाले, चंद्रे लाले।
ਬੰਦੇ ਮਾਰੇ ਗੈਂਗਸਟਰ ਨੇ ਦੱਬ ਲਿਆ ਥੱਲੇ ਕਰਜੇ ਦੀ ਮਾਰ ਨੇ ਲੋਕੀ ਕਹਿਣ ਬੰਦੇ ਮਾਰੇ ਗੈਂਗਸਟਰ ਨੇ ਗੋਦ ਮੌਤ ਦੀ ਚ ਸੁੱਤਾ ਤੂੰ ਕਿਉਂ ਨੀ ਬੋਲਦਾ ਮੌਤ ਦੀ ਚ ਸੁੱਤਾ ਤੂੰ ਕਿਉਂ ਨੀ ਬੋਲਦਾ ਤੋੜਦਾ ਨੀ ਪੁੱਤਾ ਤੂੰ ਕਾ ਤੋਂ ਚੁੱਪ ਨੂੰਚੰਦਰੇ ਹਲਾਤੇ ਜਵਾਨੀ ਖਾ ਗਏ ਚੰਦਰੇ ਹਲਾਤੇ ਜਵਾਨੀ ਖਾ ਗਏ ਬੇਰੁਜ਼ਗਾਰੀ ਖਾ ਗਈ ਮਾਂ ਦੇ ਪੁੱਤ ਨੂੰ ਬੇਰੁਜ਼ਗਾਰੀ ਖਾ ਗਈ ਮਾਂ ਦੇ ਪੁੱਤ